ਆ ਗਿਆ ਬਾਬਾ ਪਹਾੜਾਂ ਤੋਂ, ਬਰਫ ਵਾਲੇ ਪਹਾੜਾਂ ਤੋਂ ਆ ਗਿਆ ਬਾਬਾ, ਛਾ ਗਿਆ ਬਾਬਾ। ਹਾਂਜੀ ਬਾਬੇ, ਪਹਾੜਾਂ ਤੋਂ ਆਏ ਨੇ ਸਿੱਧੇ ਬਰਫ ਵਾਲੇ ਪਹਾੜਾਂ ਤੋਂ, ਗੁੱਡੀ ਪਾ ਦੇ, ਖੈਰ ਪਾ ਦੇ, ਕੋਈ ਆਟਾ ਸਬਜ਼ੀ ਘਰ ਚ ਕੋਈ ਵੀ ਚੀਜ਼ ਪਾ ਦੇ ਸਾਨੂੰ। ਹੈ ਬਾਬਾ ਜੀ, ਇੰਨੀ ਗਰਮੀ ਪੈ ਗਈ ਹੈ, ਲੋਕੀ ਪਹਾੜਾਂ ਚ ਜਾ ਕੇ ਤੁਸੀਂ ਪਹਾੜਾਂ ਤੋਂ ਗਰਮੀ ਚ ਆ ਗਏ ਹੋ। ਬਸ ਦੇਖ ਲੈ, ਇੰਨੀ ਦੂਰੋਂ ਰੱਬ ਨੇ ਭੇਜਿਆ ਸਾਨੂੰ, ਤੇਰੇ ਤੇ ਕਿਰਪਾ ਹੋ ਜੂਗੀ, ਜੋ ਵੀ ਘਰ ਚ ਹੈਗਾ ਆਟਾ ਸਬਜ਼ੀ ਦਾਲ ਪੈਸਾ ਧੇਲਾ ਪਾ ਦੇ ਬਾਬਾ ਨੂੰ, ਕੁਝ ਕੁਝ ਵੀ ਪਾ ਦਾਂ, ਕੁਛ ਵੀ ਪਾ ਦੇ। ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਰੁਕਿਓ, ਤੁਸੀਂ ਜਾਈਓ ਨਾ ਕਿਤੇ। ਨਹੀਂ ਜਾਂਦੇ, ਵਧੀਆ ਕਰ ਜਾਪਦਾ, ਇੱਥੋਂ ਵੱਡਾ ਹੀ ਮੁੱਛਾ ਮਾਰ ਕੇ ਜਾਵਾਂਗੇ। ਆ ਗਈ ਆ ਗਈ, ਲਿਆ ਪਾ ਦੇ ਗੁੱਡੀ, ਪਾ ਦੇ ਪਾ ਦੇ ਗੁੱਡੀ। ਹੈਲੋ ਗਾਈਸ, ਮੈਂ ਹਾਂ ਸਲੋਨੀ ਸਰੀਨ, ਤੇ ਮੇਰੇ ਘਰ ਅੱਜ ਬਾਬਾ ਜੀ ਆਏ ਨੇ, ਤੇ ਬਾਬਾ ਜੀ ਪਹਾੜਾਂ ਤੋਂ ਸਿੱਧੇ ਆਏ ਨੇ ਇੱਥੇ ਜੀ, ਤੇ ਬਾਬਾ ਜੀ ਕੋਲੋਂ ਆਸ਼ੀਰਵਾਦ ਮੰਗ ਲਓ, ਮੈਨੂੰ ਵੀ ਬਾਬਾ ਜੀ ਆਸ਼ੀਰਵਾਦ ਦਿਓ ਕਿ ਮੇਰਾ ਵਿਆਹ ਹੋ ਜਾਏ ਤੇ ਮੈਨੂੰ ਸੋਹਣਾ ਜਿਹਾ ਮੁੰਡਾ ਮਿਲ ਜਾਏ। ਥੈਂਕ ਯੂ ਗਾਈਸ, ਪਾਤਾ ਬਾਬਾ ਜੀ। ਇਹ ਕੀ ਪਾਇਆ ਗੁੱਡੀ? ਬਾਬਾ ਜੀ ਆਟਾ ਦਾਲ ਤੇ ਨਹੀਂ ਸੀ, ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾਤੀ। ਹੇ ਹੇ ਪ੍ਰਭੂ, ਹੇ ਪ੍ਰਭੂ, ਹੇ ਹਰੀ ਨਾਮ ਕ੍ਰਿਸ਼ਨ ਜਗਨਨਾਥ।